रोटी ना कई बार बना लेने रेसिपी शेयर कर देंगे ठीक है जिन्हों नहीं पता है जिन्हू पता वा फिर वेख लेना अपना हिसाब का हूँ ये कमेंट करके दस्यो कि जरदा केड़े केड़े एरिए विच जरदा कहिंदे ते केड़े केड़े एरिए विच मिठे चौल कहिंदे आ मिठे चौल आंदे आ फ्रॉक सूट बनाता डैडी कुर्ते पजामे नहीं हूं हो जाना सैट ਉਹਨੇ ਤਰੀਜਾਂ ਘੱਟ ਰੱਖੀਆਂ ਹੋਰ ਗਲਮੀਆਂ ਰਖਾ ਲਓ ਕਰਾ ਲਈ ਬੜਿਆਂ ਨੇ ਪ੍ਰਭ ਪਾਉ ਭਾਜੀ ਵੀ ਕਹੀ ਆ ਚਿੱਟੇ ਰਸਗੁੱਲੇ ਵੀ ਕਿਹ ਦਿਨ ਬਣਾਉਣੇ ਆ ਚਿੱਟੇ ਰਸਗੁੱਲੇ ਮੈਂ ਬਣਾ ਕੇ ਦੱਸਾਂਗਾ ਤੁਹਾਨੂੰ ਠੀਕ ਆ ਤੇ ਪਾਉ ਭਾਜੀ ਇਹ ਕੀ ਹੁੰਦੀ ਆ ਬੜੀ ਮਿਹਰਬਾਨੀ ਆਪੇ ਬਣਾ ਲਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਰਸਗੁੱਲੇ ਹਾਂ ਰਸਗੁੱਲੇ ਕੌਣ ਬਣਾਵੇ ਰਮਣ ਬਣਾਵੇ ਕਿ ਮੈਂ ਬਣਾਵਾਂ ਠੀਕ ਆ ਸਾਰਿਆਂ ਨੇ ਕਹਿਣਾ ਰਮਣ ਸਾਰਿਆਂ ਨੇ ਕਹਿਣਾ ਪ੍ਰਭ ਠੀਕ ਆ ਜਿੱਧਰ ਵੋਟ ਜ਼ਿਆਦਾ ਹੋਈ ਉਹ ਬਣਾ ਲੇਗਾ खसखास दी सब्जी खांदा खसखास चलो किधर कहिंदे पर खसखास कहिंदे खसखास दी सब्जी कौन खांदा दुध कद्दू च दुध ओह भी उधर ही मेरे ख्याल करदे साडे इधर नहीं करदे ते खसखास की सब्जी लाल चलाई का साग केड़े केड़े एरिए चलो अज ये भी पुछ लें है ना खास खास तो वैसे कहते नशा होंगे पर सब्जी भी बनती हाँ ये सब्जी बन जाती है सब्जी बन जाती है पर चलो कई नहीं है बाकी हम चलो अपनी रेसिपी अब बना के लगे मैनू तो दसो अज मैं दसिया ही नहीं है तू कुछ चलो कट वड कर लो जे फिर उस रमन ने पेके भी जाना सोम मंगलवार है जाना है सूट साड़ दे आई जा गया अज भी मैं जाना है बस औखा तरीका है तुहानू आ गया ना मशीनरी वाले जे तुसीं हाथ ना लगे रहो तो फिर तुसीं चंबे रहिंदे हो लोकां दसो मेरे वाल कुट्टे हां
ਜੇ ਹੱਥ ਨਾਲ ਲੱਗੇ ਰਹੋ ਨਾ ਮਸੁੰਦਰੀਆਂ ਕੰਮ ਆ ਗਈਆਂ ਫਿਰ ਹੱਥ ਨਾਲ ਚੱਗੇ ਰਹਿੰਦੇ ਫਿਰ ਮੂੰਹ ਬੰਦ ਰਹਿੰਦੇ ਜੇ ਹੱਥ ਨਾਲ ਲੱਗੇ ਰਹਿੰਦੇ ਬਸ ਨੂੰ ਵੀ ਹੋ ਗਿਆ ਆਲਮੋਸਟ ਖਿਲ ਰਹੀ ਆ ਦੋ ਮਸ਼ਰੂਮ ਕੀ ਖਾ ਲਏ ਕਿੰਨੇ ਖਾ ਲਏ ਆ ਕਿੰਨੇ ਖਾ ਲਏ ਆ ਤੇ ਹੋਰ ਕੀ ਮੈਂ ਇੰਨੇ ਕੁ ਬੋਇਲ ਕੀਤੇ ਸੀ ਬਸ ਬਾਕੀ ਮੈਂ ਬੋਇਲ ਹੀ ਨਹੀਂ ਕੀਤੇ ਹੁਣ ਕਰੀਏ ਸ਼ੁਰੂ ਕਿੱਥੇ ਬੈ ਜਾਣਾ ਅੱਜ ਮੈਂ ਜਿਮ ਜਾਣਾ ਟਾਈਮ ਹੋ ਗਿਆ ਚਲੋ ਸ਼ੁਰੂ ਕਰੀਏ ਚਲੋ ਆ ਜਾਓ ਫਿਰ ਵੇਖਦੇ ਕੀ ਬਣਾਉਂਦੇ ਕਿਹੜੀ ਕਾਰਡ ਕੱਢਣੀ ਨੇ ਰੋਜ਼ ਕੁਛ ਨਾ ਕੁਛ ਕੁਛ ਨਾ ਕੁਛ ਕੁਛ ਨਾ ਕੁਛ ਠੀਕ ਹੈ ਚੁਗਲੀਆਂ ਕੱਢਣੇ ਨੇ ਮੇਰੀਆਂ ਜੀਣਾ ਆਰਾਮ ਕੀਤਾ ਮੈਂ ਮੰਮੀ ਕੁਛ ਹੌਲੀ ਹੌਲੀ ਕਹਿਣ ਦੇ ਕੋਈ ਨਹੀਂ ਮੈਂ ਵਲੌਗ ਵੇ ਲੈਣਾ ਬਾਅਦ ਤੇ ਮੈਂ ਨੇਰੀ ਰੋੜੀਆਂ ਕੇ ਕੋਈ ਗੱਲ ਨਹੀਂ ਕਾਰ ਸ਼ੁਰੂ ਜੋ ਕਰਨਾ ਆਈ ਮੀਨ ਟੂ ਸੇ ਨਥਿੰਗ ਨੋ ਟੱਚ ਕਰੀ ਸ਼ੁਰੂ ਕੀ ਕਰਤਾ ਕਰਨ ਡਈ ਅੱਜ ਸਮਾਨ ਇਕੱਠਾ ਕਰਨਾ ਅੱਛਾ ਸਮਾਨ ਇਕੱਠਾ ਕੀਤਾ ਚਲੋ ਮੈਂ ਹਾਂ ਪਾਣੀ ਭਰ ਲਈਏ ਬਸ ਚਲ ਗਈ ਮੈਨੂੰ ਤੁਹਾਡੇ ਆਉਂਦੇ ਤੱਕ ਖਣਾ ਪਾਣੀ ਵੀ ਗਰਮ ਕਰ ਲੈਣਾ ਚਾਹੀਦਾ ਚਲੋ ਕੋਈ ਕਰ ਲਓ ਹੋਣੀ ਆ ਕਿਦਾਂ ਦਾ ਤੁਹਾਡਾ ਹਾਲ ਹੈ ਤੁਮ ਕਰਦੇ ਨਹੀਂ ਨਹੀਂ ਲਿਆ ਤਰਾ ਤਿਆਰ ਨਾ ਤਿਆਰ ਤੁਸੀਂ ਕੀ ਕਰਨਾ ਤਿਆਰ ਬਤਾ ਲਿਆ इज्जत घर च बहुत बाकी भर के बनाया अज तू शुरू कर ला पास्ता कर ला शुरू कर ला भाई मैं जिम जाना टाइम वेर तो उदो रखी पिछली वारी भी दस्या कि जिहड़ा पानी धरिया हुंदा वा इहदे विच थोड़ा जिहा लून पाउणा आ अपना पास्ता जेड़ा वा जुड़े ना ठीक है नहीं तो पास्ता जुड़ जांदा ना जदों आपां करदे ने इहदे नाल पास्ता जेड़ा जुड़ना नहीं ठीक है बस पानी सिला ਹੁਣ ਜਿਹੜਾ ਆਪਾਂ ਆਪਣਾ ਪਾਸਤਾ ਰੱਖਿਆ ਵਾ ਇਹ ਦੋਨੇ ਪੈਟ ਬਣਾ ਲੈਣੇ ਜਿਹੜਾ ਕਿ ਖਿਲਰ ਗਿਆ ਥੋੜਾ ਥੋੜਾ ਇਹ ਦੋਨੇ ਪੈਟ ਬਣਾਉਣੇ ਹੈ ਦੋਨੇ ਪੈਟ ਬਣਾਉਣੇ ਆ ਉਹ ਆਪਣੇ ਹਿਸਾਬ ਨਾਲ ਦੋ ਹੀ ਬਣਨੇ ਬਰਾਬਰ ਜਿਹੜਾ ਪਾਸਤਾ ਬਣਦਾ ਹੈ ਰਾਈ ਕੋ ਖੁੱਲਾ ਵੀ ਉਦਾਂ ਬਣਾਉਣਾ ਹਾਂਜੀ ਉਹ ਥੋੜਾ ਜਿਹਾ ਪਾਸਤਾ ਬਣਦਾ ਹੈ ਹੈਗਾ ਇਹ ਵਾਲਾ ਨਹੀਂ ਉਹ ਦੂਜਾ ਹੈ ਉਹ ਹੋਰ ਬਣਾਵਾਂਗੇ ਉਹਦਾ ਮੁੱਖ ਚੀਜ਼ ਬਣਾਵਾਂਗੇ ਥੋੜਾ ਜਿਹਾ ਬਚਿਆ ਹੈ थोड़ा कच्चा रखना ठीक है कि जड़ा हाँ जी मैनूं पता है यार 6 7 हुण इहनूं बॉयल होण वास्ते छड्ड दिंदे आं ठीक है उहदे तक आपां ग्रेवी हां ग्रेवी चल ग्रेवी इहदे च नहीं कढ़ाई च कढ़ाई च केड़ी जते पुष्टी कढ़ाई च इते जिन्ना टाइम ए बॉयल हुंदे ओना टाइम आपा ओना टाइम आपा थोड़ा इहदा तड़का 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 तैयार कर लिए
ਤੜਕੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਰਨ ਲੱਗੇ ਆ ਦੇਸੀ ਘਿਓ ਯੂਜ਼, ਕਿਉਂਕਿ ਸਾਡੇ ਕੋਲ ਬਟਰ ਅਵੇਲੇਬਲ ਨਹੀਂ ਆ। ਜੇ ਕਿ ਕੋ ਬਟਰ ਅਵੇਲੇਬਲ ਆ ਉਹਨੂੰ ਤੁਸੀਂ ਵਰਤ ਸਕਦੇ ਹੋ। ਬਟਰ ਸਾਡਾ ਖਤਮ ਹੋ ਗਿਆ, ਉਹ ਮੈਂ ਆਈਸਕ੍ਰੀਮ ਬਣਾਈ ਸੀ ਉਦੋਂ ਦੀ ਉਹ ਖਤਮ ਹੋ ਗਿਆ ਉਦੋਂ। ਇਹ ਚ ਨਾਲ ਨਾਲ ਤੁਸੀਂ ਮਾਰ ਦਿਓ, ਜ਼ਿਆਦਾ ਗਲਤ ਨਹੀਂ ਹੈ ਨਾ, ਹਜੇ ਤਾਂ ਹੋਏ ਨਹੀਂ ਆ ਕਲ ਗਏ ਇੱਥੇ। ਮੱਖਣ ਵੀ ਪਾ ਸਕਦੇ ਲਸਣ ਬਸ ਥੋੜਾ ਜਿਹਾ ਭੁੰਨਣਾ ਆ, ਠੀਕ ਆ। ਆਪਾਂ ਇਹਨੂੰ ਬਰਾਊਨ ਬਰੂਨ ਨਹੀਂ ਹੋਣ ਦੇਣਾ ਕਿਉਂਕਿ ਵਾਈਟ ਸੌਸ ਪਾਸਤਾ ਵਾ, ਇਸ ਕਰਕੇ ਸਾਰੀਆਂ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਭੁੰਨੀਆਂ। ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਹਾਂ ਗੰਢਾ, ਅਤੇ ਗੰਢਿਆਂ ਦੇ ਪੀਸ ਇੰਨੇ ਹੀ ਹੋਣੇ ਚਾਹੀਦੇ ਆ, ਠੀਕ ਹੈ। ਕਿਹੜੀ ਸ਼ੇਪ ਚ ਸ਼ੇਪ ਟਿਊਬ ਦਾ ਹਿਸਾਬ ਨਾਲ ਲਾਓ, ਬਸ ਇੰਨੇ ਕੱਟਣੇ, ਇੰਨੇ 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 ਕੱਟਣੇ, ਮਤਲਬ ਥੋੜ੍ਹੇ ਮੋਟੇ ਹੋਣਾ। ਹਾਂ ਭਾਵੇਂ ਵੱਖ ਵੱਖ ਕਰ ਲਓ ਇਹਨਾਂ ਨੂੰ, ਮੈਂ ਤਾਂ ਕੀਤੇ ਨਹੀਂ ਉਹ ਬਣਾਈ, ਮੈਂ 12 ਇੰਚ ਕਰਾਂ। ਤੇ ਇੰਨਾ ਕੁ ਰੰਗ ਹੀ ਚਿੱਟਾ ਚਿੱਟਾ ਹੀ ਰੱਖਣਾ ਹੈ ਇਹਦਾ, ਜਦੋਂ ਇਹ ਲਾਲ ਤੋਂ ਚਿੱਟੇ ਹੋ ਜਾਣਗੇ ਨਾ ਤੇ ਫਿਰ ਇਹਨਾਂ ਵਿੱਚ ਤੁਸੀਂ ਸੁੱਟਣਾ ਹੈ। ਕਿਹੜੀ ਮਿਕਸੀ? ਤੜਕਾ ਬਣਾਉਣ ਵਾਲੀ ਮਿਕਸੀ। ਇਹਦੇ ਵਿੱਚ ਅਸੀਂ ਪਾ ਦਿੱਤੀਆਂ ਗੰਢੇ ਤੇ ਕੀ ਪਾਇਆ? ਗੰਢੇ, ਠੀਕ ਆ। ਹੁਣ ਆਪਾਂ ਵਿੱਚ ਸੁੱਟ ਦਿੱਤੀ ਆ ਕੈਪਸੀਕਮ, ਸ਼ਿਮਲਾ ਮਿਰਚ, ਠੀਕ ਆ, ਸ਼ਿਮਲਾ ਮਿਰਚ, ਨਾਲੇ ਇਹਦੇ ਵਿੱਚ ਆਪਾਂ ਸੁੱਟਦੇ ਲੱਗੇ ਆ ਮਸ਼ਰੂਮ, ਇਹਦਾ ਕੰਮ ਹੋ ਗਿਆ, ਹੁਣ ਹੋ ਗਿਆ ਇਹਨੂੰ ਕਾਲੀ ਤੇ ਬੰਦ, ਹੋ ਗਿਆ ਇਹਨੂੰ ਬੰਦ ਕਰਕੇ ਰਹਿਣ ਦੋ ਮਿੰਟ, ਹੋ ਗਏ ਦੋ ਮਿੰਟ ਰਹਿਣ ਦੇ, ਥੋੜਾ ਇਹਨੂੰ ਨਾ ਕੱਚਾ ਹੀ ਰੱਖਣਾ, ਕੱਚਾ ਤਾਂ ਰੱਖਣਾ ਆ ਕਿ ਇਹਨੂੰ ਬੋਏ ਥੋੜਾ। ਹਾਂ ਠੀਕ ਆ ਠੀਕ ਆ, ਬਹੁਤ ਵਧੀਆ ਹੋ ਗਏ ਨਾ, ਬਸ ਠੀਕ ਆ, ਬਸ ਕੱਢ ਲਈਏ ਹੁਣ। ਨਹੀਂ ਤਿਲਕ ਤਿਲਕ ਪੈਣੇ ਸਾਰੇ ਥੱਲੇ ਯਾਰ, ਓਦਾਂ ਪਾਣੀ ਉੱਤੋਂ ਉੱਤੋਂ ਕੱਢ ਲਾ, ਮੈਂ ਤੈਨੂੰ ਇੱਕ ਸਲਾਹ ਦੇਵਾਂ, ਛਿੱਕੂ ਹੈਗਾ ਨਾ ਲਾਲ ਇਹ ਚ ਪਾਲਾ ਆਵੇ ਇਹ ਚ, ਨਹੀਂ ਵਗਦੇ ਐਡਾ ਵੱਡਾ ਪਾਸਤਾ ਕਿੱਦਾਂ ਵਗ ਜਾਏਗਾ ਯਾਰ, ਉੱਥੇ ਕੰਮ ਕਰਦੇ ਹਾਂ ਸਾਡੇ ਕੋਲ, ਚਲੋ ਹੈ ਨਹੀਂ ਹੈ ਬੜਾ ਸਟੈਂਡ ਲਿਆਉਂਦੇ ਹਾਂ ਸਟੇਨਰ ਕੀ ਜਾਂਦੇ ਉਹਨੂੰ, ਜੁੜ ਜਾਣੇ
ਐਡੀ ਜਲਦੀ ਨਹੀਂ ਜੁੜਦੇ ਰੱਖੇ ਕੱਚੇ ਇਹਨੂੰ ਠੰਡੇ ਪਾਣੀ ਨਾਲ ਧੋ ਲੈਣਾ ਬਾਅਦ ਇਹਨੇ ਤੁਹਾਨੂੰ ਕੁਛ ਨਹੀਂ ਦੱਸਣਾ ਕਿਉਂ ਨਹੀਂ ਦੱਸਣਾ ਉਧਰ ਦੇ ਤੁਰੇ ਫਿਰਨ ਡਏ ਜੇ ਤੂੰ ਸਕਦਾ ਨਹੀਂ ਮੰਮੀ ਦੀ ਕਹੋ ਲੈ ਮੰਮੀ ਦੀ ਫੇਰ ਕੜਛੀ ਵਿੱਚ ਥੱਲੇ ਲੱਗਣ ਡਏ ਅੱਛਾ ਇਹਨੂੰ ਠੰਡੇ ਪਾਣੀ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਦੇਣਾ ਹੈ ਠੀਕ ਹੈ ਉਹਦਾ ਸਮਾਂ ਆ ਗਿਆ ਨਾ ਬੱਚੇ ਹਾਂਜੀ ਉਹ ਵੀ ਪਾ ਲਿਆ ਦੋ ਦੋ ਤਿੰਨ ਮਿੰਟ ਇਦਾਂ ਹੀ ਧੋਈ ਜਾਓ ਬਸ ਦੋਏ ਦੋਤੇ ਜਾਓ ਦੋਤੇ ਜਾਓ ਦੋਤੇ ਜਾਓ ਹਾਂ ਕਰੀ ਹੈ ਹਾਂ ਕਰੀ ਉਹ ਲੱਗ स्वीट कॉर्न विच पौने अपनी मर्जी नाल जिन्ने मर्जी पा लो मेरा तो राजा मैं ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਾਲਟ ਪਾਉਣਾ ਹੈ ਕਿੱਥੇ ਆ ਸਾਲਟ ਡੈਡੀ ਲੈ ਆਇਆ ਕਿੱਥੇ ਆ ਮੈਂ ਕਿਹੜਾ ਲੁਕਾ ਰਿਹਾ ਕਿੱਥੇ ਲਿਆ ਮੰਮੀ ਆ ਗਿਆ ਸਵਾਦ ਅਨੁਸਾਰ ਠੀਕ ਆ ਇਹ ਪਾਉਣਾ ਆ ਤੇ ਮੈਨੂੰ ਕਾਲੀ ਮਿਰਚ ਚਾਹੀਦੀ ਭਰਾ ਹਾਂ ਫਿਰ ਵਿੱਚ ਪਾਉਣੀ ਹੈ ਕਾਲੀ ਮਿਰਚ ਕਾਲੀ ਮਿਰਚ ਦਾ ਪਾਊਡਰ ਜੀ ਇਹਦੀਆਂ ਗੱਲਾਂ ਸੁਣੋ ਪਾਊਡਰ ਠੀਕ ਆ ਚਿਲੀ ਫਲੇਕ ਚਿਲੀ ਫਲੇਕ ਔਰਗੈਨੋ ਹੈ ਇਹ ਔਰਗੈਨੋ ਇਹ ਪੀਜ਼ੇ ਵਾਲਾ ਸਿਸਟਮ ਹੈ ਪੀਜ਼ੇ ਵਾਲੀ ਇਹ ਔਰਗੈਨੋ ਤੇ ਚਿਲੀ ਫਲੇਕ ਉਹੀ ਹੈ ਨਾ ਜਿਹੜੀਆਂ ਇਹ ਪੀਜ਼ੇ 'ਚ ਪਾਈ ਦੀਆਂ ਨੇ ਠੀਕ ਆ ਤੇ ਹੁਣ ਆਪਾਂ ਇਹਨੂੰ ਇੱਧਰ ਰੱਖ ਲੈਣਾ ਹੁਣ ਇਹਦਾ ਕੁਛ ਨਹੀਂ ਕਰਨਾ ਗੈਸ ਕਰ ਲੱਗੇ ਆਪਾਂ ਬੰਦ ਗੈਸ ਠੀਕ ਆ ਆ ਵੇ ਲਓ ਆ ਬਣ ਕੇ ਤਿਆਰ ਹੋ ਗਿਆ ਇਹ ਚੀਜ਼ ਨੂੰ ਆਪਾਂ ਇੱਦਾਂ ਹੀ ਹੁਣ ਰੱਖਣ ਲੱਗੇ ਹਾਂ ਠੀਕ ਆ ਕੁਛ ਨਹੀਂ ਕਰਨਾ ਨਥਿੰਗ ਹੁਣ ਇਹਨੂੰ ਸਾਈਡ ਤੇ ਰੱਖ ਲਓ ਇਹ ਚਲੋ ਜੀ ਹੁਣ ਆਪਣੀ ਤਿਆਰ ਹੋਣ ਲੱਗੀ ਆ ਵਾਈਟ ਸੌਸ ਜਿਹਦੇ ਵਿੱਚ ਆਪਾਂ ਪਾਸਤਾ ਪਾਉਣਾ ਠੀਕ ਆ ਉਹ ਆਪਣੀ ਦੂਸਰੀ ਜਦੀ ਪੁੱਤੀ ਕੜਾਈ 'ਚ ਤਿਆਰ ਹੋਣੀ ਹੈ ਹਾਂਜੀ ਤੇ 10 ਕਿਲੋ ਫਿਰ ਦੱਸਿਓ ਠੀਕ ਆ ਕੀ ਚੁਗਲੀਆਂ ਇਹ ਕਰੀ ਜਾਣ ਦੇ ਇਹ ਉਹ ਮੈਂ ਹਾਂ ਇਧਰ ਕਰ ਜਲਦੀ ਚਲੋ ਕੜਾਈ ਆਪਣੀ ਇਹ ਹੁਣ ਬਣਾਉਣ ਲੱਗੇ ਸੀ ਵਾਈਟ ਸੌਸ ਠੀਕ ਆ ਹਾਂਜੀ ਤੇ ਹੁਣ ਆਪਾਂ ਫੇਰ ਦੇਸੀ ਘਿਓ ਵਰਤਣ ਲੱਗੇ ਆ 1 2 3 ਠੀਕ ਆ ਇੱਕ ਚਮਚਾ ਘੱਟ ਪਿਆ ਸੀ ਇਸ ਕਰਕੇ 5 ਤੁਸੀਂ ਵੈਸੇ ਬਟਰ ਵੀ ਪਾ ਥੱਲੇ ਆ ਕੁੱਤੇ ਕਹਿੰਦਾ ਤੁਸੀਂ ਬਟਰ ਵੀ ਪਾ ਸਕਦੇ ਜੇ ਮੈਂ ਉਹਦਾ ਦੇਸੀ ਘਿਓ ਪਾਇਆ ਵਾ ਕਿਉਂਕਿ ਸਾਡੇ ਕੋਲ ਅਵੇਲੇਬਲ ਇਹੀ ਸੀ ਥੋੜਾ ਦੇਸੀ ਘਿਓ ਹੋ ਜਾਇਓ ਪਰ ਥੋੜਾ ਨਹੀਂ ਚਲੋ ਹੁਣ ਆਪਾਂ ਇਹਦੇ ਚ ਪਾਉਣ ਲੱਗੇ ਆ ਮੈਦਾ ਹਾਂ ਮੈਦਾ ਨਾਲੋ ਨਾਲ ਪ੍ਰਭ ਕਰਨਾ ਵੀ ਇੱਕ ਮੈਂ ਆਵਾਂ ਫਿਰ ਆਵਾ ਇੱਕ ਉਹਦੋਂ ਨੂੰ ਘੱਟ ਕੇ ਕਰ ਲੈਨੇ ਨਹੀਂ ਵੱਜਦੀਆਂ 2 3 ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਆਰਡਰ ਦਿੰਦੀ ਤੇ 5 ਜਿੰਨੇ ਮੈਂ ਦੇਸੀ ਘਿਓ ਦੇ ਚਮਚੇ ਪਾਏ ਸੀ ਉਹਨਾਂ ਮੈਂ ਮੈਦਾ ਲਿਆ ਠੀਕ ਆ ਓਕੇ ਤੇ ਹੁਣ ਇਹਨੂੰ ਭੁੰਨਣਾ ਹੈ ਤੇ ਮੈਨੂੰ ਲੱਗਦਾ ਆ ਕਿ ਮੈਨੂੰ ਦੇਸੀ ਘਿਓ ਹੋਰ ਪਾਉਣਾ ਪੈਣਾ ਨਹੀਂ ਨਹੀਂ ਛੱਡਦਾ ਵੀ ਆ ਘਿਓ ਛੱਡਦਾ ਆਪਣਾ ਆਪ ਸੌਂਦਾ ਇੱਕ ਦੀ ਬਾਅਦ ਸੱਚੀ ਨਹੀਂ ਪਰ ਪਾਉਣਾ ਪੈਣਾ ਉਹ ਨਹੀਂ ਉਹ ਇਹ ਤਾਂ ਨਹੀਂ ਹੋ ਜਾਣਾ ਸੈੱਟ ਜਦੋਂ ਵਿੱਚ ਦੁੱਧ ਪੈ ਗਿਆ ਫਿਰ ਹੋ ਜਾਣਾ ਸੈੱਟ
ਬਸ ਥੱਲੇ ਲੱਗਣ ਦੇਣਾ ਚਮਚ ਮਾਰੀ ਜਾਣਾ ਮਾਰੀ ਜਾਣਾ ਹੋਰ ਹੋਰ ਤੂੰ ਵੀ ਸੁੱਟ ਦੋ ਵਿੱਚ ਮੈਦੇ ਦੇ ਨਾਲੇ ਇਹਦਾ ਵੀ ਪਾਸਤਾ ਬਣਾ ਦਿੰਨੀ ਇੱਕ ਚਮਚ ਪਾਓ ਦੇਸੀ ਘਿਓ ਦਾ ਵੀ ਵਾਧੂ ਨਹੀਂ ਆ देसी क्यों मकाता है देसी क्यों मकाता मेरा माशाल्लाह मम्मी भी शायद ना कर देंगी ना आज हाँ जी हूँ ये बच्चे ही ऐड करना वा फुल फैट दुध ठीक है मैं कार ये कढ़ाई फाड़ लेनी चाहिए इस दिन करा लिया सुट्टा करी जा थले ना लगे करी जा अपने घर के हिसाब से लो जी एवं मम्मी को गाला गुला ना खा लो पाई जाओ चाह नहीं पीनी पाई जाओ इत सवेरे चाह नहीं पीनी बाद घट ठीक है भी इदा ही करो एक जना नाल रख लियो बना लगे मतलब चंगी तरह मिक्स करी जाना गिठलियां गुठलियां सारियां हो जानियां सही ठीक है अपने मम्मी दस क्यों गाय जिन्हें घट खानी घट ही पायो वाइट सॉस की डिमांड पूरी हो गई है जिन्हें की ले आ पास्ता हूं इधर
ਮੰਮੀ ਦਾ ਉਹ ਖੋਲ ਕੇ ਮਸ਼ੀਨ ਖੋਲ ਕੇ ਨਹੀਂ ਖੋਲਣੀ ਨਹੀਂ ਨਾ ਖੋਲਣੀ ਆਪਾਂ ਇਹਨੂੰ ਘਿਓ ਲਾਇਆ ਸੀ ਤੇ ਤੁਸੀਂ ਵੇਖ ਸਕਦੇ ਜੇ ਕਿ ਪਾਸਤਾ ਬਿਲਕੁਲ ਵੱਖਰਾ ਵੱਖਰਾ ਹੈ ਨਾਲ ਨਹੀਂ ਜੁੜਿਆ ਠੀਕ ਆ ਹੁਣ ਸੌਸ ਆਪਣੀ ਤਿਆਰ ਹੋ ਗਈ ਹੈ ਹੁਣ ਆਪਾਂ ਬਣਾਉਣ ਲੱਗੇ ਹਾਂ ਇੱਕ ਪਾਸਤਾ ਮੰਮੀ ਆਪਣਾ ਮਸ਼ੀਨਰੀ ਜੀ ਟੁੱਟ ਗਿਆ ਠੀਕ ਆ ਪਾਸਤਾ ਪਾ ਦਿੱਤਾ ਹੈ ਤੇ ਆ ਭਾਈ ਥੋੜਾ ਥੋੜਾ ਕਰਦੇ ਵਾਵਾ ਹੀ ਬਣ ਗਿਆ ਵੈ ਜਾਣਾ ਆਹ ਚਲ ਗਾਇਜ ਵੇਖੋ मेनू नी लगता व्हाइट सॉस पास्ता शॉप च नहीं रेस्टोरेंट या होटल च खादा होगा इतो स्वाद ही बनते वैसे उठे है ना नहीं सॉरी इतो नहीं स्वाद बनते ਪ੍ਰਭ ਹੈਲਥ ਡਿਸ਼ਾਂ ਨੂੰ ਪਤਾ ਨਹੀਂ ਕਰ ਕਿੱਦਾਂ ਬਣਾਈਆਂ ਕਿਹੜੇ ਵੇ ਨਾਲ ਬਣਾਈਆਂ ਕਿਹੜੇ ਕਿਹੜੇ ਇਨਗਰੀਡੀਐਂਟਸ ਵਿੱਚ ਪਾਏ ਆ ਤੇ ਕਿੱਦਾਂ ਬਣਾਈਆਂ ਤੇ ਉਹਦੀ ਲੁੱਕ ਵੇਖੋਗੇ ਕਿੰਨੀ ਸੋਹਣੀ ਹੈ ਇਹ ਤੇ ਗੱਲ ਹੈ ਠੀਕ ਆ ਗਾਇਜ਼ ਇੰਦਾ ਪਾਸਤਾ ਪਲੀਜ਼ ਜ਼ਰੂਰ ਟ੍ਰਾਈ ਕਰਿਓ ਗਾਇਜ਼ ਉਹ ਗਾਇਜ਼ ਗਾਇਜ਼ ਕਹਿ ਕੇ ਨਾ ਮਜ਼ਾਕ ਨਾ ਡਰਾਇਆ ਕਰੋ ਲੱਗ ਗਈ ਸਮਝ ਨਹੀਂ ਬਣੀ ਉਹ ਤੇ ਲੁੱਕ ਦਿਖਣ ਦੀ ਢੱਕਣਾ ਇਹਨੂੰ ਆਹੋ ਮੈਂ ਨਾ 2 ਮਿੰਟ ਢੱਕ ਦਈਏ ਸਵੇਜ ਜੀ ਵਿੱਚ ਹਾਂ ਤਾਂ ਸੋ ਲੋ ਲੋ ਤੇ ਰਵੇ ਰੱਖ ਦਈਏ ਉਹਨਾਂ ਚੜਾ ਜੋ ਵੀ ਮਿਕਸ ਹੋ ਰਿਹਾ ਸਾਰਾ ਜੋ ਵੀ ਮੈਂ 2 ਮਿੰਟ ਹੈ ਇਹਦੇ ਜਿੱਡੀ ਸਾਡੇ ਕੋਲ ਖਾਲੀ ਤੇ ਹੈ ਨਹੀਂ ਵੇ ਤੇ ਇਹ ਆ ਵੀ 2 ਮਿੰਟ ਰੱਖ ਦਈਏ ਜੋ ਵੀ ਆ ਇਹਦੇ ਵਿੱਚ ਮੀਡੀਅਮ ਮਿਕਸ ਹੋ ਜਾਵੇ ਚਲੋ ਠੀਕ ਆ 2 ਮਿੰਟ ਆ ਜੋ ਗੱਲਾਂ ਬਾਤਾਂ ਕਰਦੇ ਆ ਮੇਰੇ ਨਾਲ ਲੋ ਗਾਇਜ਼ हिसाब नी लाके दस सकदी मेनू बिहाइंड द स्कैन मेनू डिश बनाउण लग्या ना मेरी मत मार दिंदे आ ए महा मतलब मैं डिश तैयार करदी आ महा डिश बनाउंदी आ कभी आ कर कभी वह कर क्योंकि मैं अपने हिसाब से सारा कुछ करना पर ये बंदे ने ना मैं दुखी किया है ठीक है गाइस थक गए ना तुम मैं पता थक गए तो कोई गल नहीं ये गल्ला तुम पता ही है शुरू तो इदा दी रही ने बाकी 2 मिनट वेट कर लिए फिर मैं भी 2 मिनट लम्बे पै जाऊँ क्योंकि बाद टाइम हो जाएगा जिम का फिर टाइम हो ही गया घड़िया खत्म हो गई सारी रेड सॉस पास्ता हो गया तैयार तुम लुक दिखाने कौली च मैं जाना फिर व्हाइट सॉस पास्ता हो गया वा रेडी हुण आपां ते मम्मी नूं टेस्ट कराउने आ नाले भाजी नूं टेस्ट कराउने आ भाजी सुत्ता है भाजी सुत्ता भाजी सुत्ते आ एक मिनट हो गया वेरी गुड जे फोटो भी खींच लो तो फोटो भी खींच कल्ले कल्ले खान डे जे कि दसो भी किदां दा बणया स्वाद बहुत बणया स्वाद बणया ना दसो उस जी दा ओ स्वाद आउंदा जेड़ा खादा नहीं आपा
ਨਹੀਂ ਪ੍ਰਭ ਏਦਾਂ ਨਾ ਕਰੋ ਮੈਂ ਉਹਨਾਂ ਨਾਲ ਕਈ ਹਿੱਸੇ ਸਵਾਦ ਬਣਾਇਆ ਵਾ ਨਹੀਂ ਸਵਾਦ ਹੈਗਾ ਆ ਪਰ ਉਹ ਸਵਾਦ ਦੱਸਣ ਡਿਆ ਕਿ ਸੇਮ ਟੂ ਸੇਮ ਉਦਾਂ ਦਾ ਬਣਿਆ ਪਰ ਉਹ ਤੋਂ ਵੀ ਸਵਾਦ ਬਣਿਆ ਬਣਿਆ ਉਦਾਂ ਦਾ ਹੀ ਆ ਮਤਲਬ ਆਪਣੀ ਕੋਈ ਵੱਧ ਘੱਟ ਨਹੀਂ ਚੀਜ਼ ਪਈ ਆ ਕੌਨਸ ਸਬਜ਼ੀਆਂ ਸੇਮ ਜੇ ਕਿਤੇ ਬਰੋਕਲੀ ਮਿਲ ਜਾਂਦੀ ਨਾ ਉਹਨੂੰ ਬਹੁਤ ਜਿਆਦਾ ਸਵਾਦ ਬਣਿਆ ਸੱਚੀ ਬਹੁਤ ਸਵਾਦ ਬਣਿਆ ਮੈਨੂੰ ਪਤਾ ਆ ਮੈਂ ਖਾ ਕੇ ਵੇਖਿਆ ਸੱਚੀ ਬੜਾ ਸਵਾਦ ਬਣਿਆ ਜਰੂਰ ਟਰਾਈ ਕਰਿਓ ਪਰ ਮੇਰੇ ਤਰੀਕੇ ਨਾਲ ਕਰਿਓ ਮੇਰੇ ਤੋਂ ਵੱਧ ਘੱਟ ਕੁਛ ਨਾ ਕਰਿਓ ਹਾਂਜੀ ਤੇ ਹੁਣ ਆਪਾਂ ਲੱਗੇ ਹਾਂ ਖਾਣ ਦੀ ਤਿਆਰੀ ਕਰਨ ਕਿਉਂਕਿ ਪਾਸਤਾ ਬਣਿਆ ਬਹੁਤ ਜ਼ਿਆਦਾ ਵਧੀਆ ਤੁਸੀਂ ਵੇਖ ਸਕਦੇ ਜੇ ਜ਼ਰੂਰ ਟਰਾਈ ਕਰਿਓ ਅਤੇ ਇੱਧਰ ਅਸੀਂ ਤਿਆਰ ਕਰਨ ਲੱਗੇ ਹਾਂ ਸ਼ਿਮਲਾ ਮਿਰਚ ਭਰ ਕੇ ਅਤੇ ਹੁਣ ਸਬਜ਼ੀ ਬਣਾਉਣ ਦਾ ਟਾਈਮ ਵੀ ਹੋ ਗਿਆ ਅਤੇ ਚਲੋ ਠੀਕ ਆ ਫਿਰ ਸਾਰਿਆਂ ਨੂੰ ਅਤੇ ਡਿਸ਼ ਮਜ਼ਾਕ ਦੀ ਗੱਲ ਨਹੀਂ ਆ ਸੱਚੀ ਬੜੀ ਸਵਾਦ ਬਣੀ ਆ ਪ੍ਰਭ ਐਵੇਂ ਨਹੀਂ ਤਾਰੀਫ ਕਰਨ ਡਿਆ ਅਤੇ ਨਾ ਘਰ ਦੇ ਅਤੇ ਤੁਸੀਂ ਤੁਹਾਨੂੰ ਲੁੱਕ ਵੇਖ ਕੇ ਪਤਾ ਲੱਗਣ ਡਿਆ ਵਾ ਕਿ ਕਿੰਨਾ ਸਵਾਦ ਬਣਿਆ ਹਾਲਾਂਕਿ ਪ੍ਰਭ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਬਣਾਉਣ ਲੱਗਿਆ ਬਹੁਤ ਤੰਗ ਕੀਤਾ ਪਰ ਫਿਰ ਵੀ ਚਲੋ ਸ਼ੁਕਰ ਆ ਕਿ ਮੈਂ ਬਣਾ ਹੀ ਲਿਆ ਫਿਰ ਮੈਂ ਪਹੁੰਚ ਗਈ ਉਸ ਮੁਕਾਮ 'ਤੇ ਅਤੇ ਜੇ ਡਿਸ਼ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈੱਲ ਆਈਕਨ ਦਬਾ ਕੇ ਅਤੇ ਵੀਡੀਓ 'ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਜਿੰਨੀਆਂ ਵੀ ਲੋਕਾਂ ਨੇ ਡਿਸ਼ਿਜ਼ ਗਏ ਕਈਆਂ ਨੇ ਪਾਓ ਭਾਜੀ ਗਈ ਕਈਆਂ ਨੇ ਬੜਾ ਕੁਛ ਹੈ ਨਾ ਕਿਹਾ ਮੈਨੂੰ ਹੁਣ ਯਾਦ ਨਹੀਂ ਹੋ ਰਿਹਾ ਮੈਂ ਕਮੈਂਟ ਸੈਕਸ਼ਨ 'ਚ ਵੇਖੂੰਗੀ ਅਤੇ ਆਪਾਂ ਉਹ ਡਿਸ਼ ਬਣਾਉਣ ਦਾ ਜ਼ਰੂਰ ਟਰਾਈ ਕਰਾਂਗੇ ਕਿਉਂਕਿ ਆਹ ਮੈਂ ਪਹਿਲੀ ਵਾਰ ਬਣਾਈ ਹਾਂ ਪਰ ਸੱਚੀ ਗੱਲ ਆ ਬਹੁਤ ਜ਼ਿਆਦਾ ਸਵਾਦ ਬਣੀ ਆ ਕਹਿਣ ਦੀਆਂ ਗੱਲਾਂ ਨਹੀਂ ਅਤੇ ਹੁਣ ਅੱਗੇ ਵੀ ਆਪਾਂ ਇਹੋ ਜਿਹੀਆਂ ਡਿਸ਼ਾਂ ਜਿਹੜੀਆਂ ਬਣਾਉਂਦੇ ਰਹਾਂਗੇ ਅਤੇ ਜਿਹੜੇ ਸਾਰੇ ਮੈਨੂੰ ਬਾਹਰ ਵੀ ਬੜੇ ਲੋਕ ਮਿਲਦੇ ਆ ਕਿ ਤੁਸੀਂ ਸ਼ੈੱਫ ਬਣ ਗਏ ਅਤੇ ਮੈਂ ਹਾਂ ਚਲੋ ਹੁਣ ਇੰਨਾ ਕੁਛ ਤਾਂ ਬਣ ਲਿਆ ਹੁਣ ਸ਼ੈੱਫ ਵੀ ਬਣ ਜਾਂਦੇ ਤਾਂ ਕਰਕੇ ਮੈਂ ਇਹ ਵਾਲੀਆਂ ਬਣਾ ਲੈਂਦੀ ਮੈਂ ਇਹ ਵੀ ਰਿਲੈਕਸ ਮਿਲਦਾ ਬੰਦੇ ਦਾ ਨਾ ਐਕਸਪੀਰੀਅੰਸ ਵੱਧਦਾ ਰਹਿੰਦਾ ਹੌਲੀ 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 ਅਤੇ ਆਪਾਂ ਥੋੜ੍ਹੇ ਕੋਨਸੈਪਟ ਵੀ ਹੁਣ ਬਣਾਇਆ ਕਰਾਂਗੇ ਵਧੀਆ ਵਧੀਆ ਤੁਹਾਨੂੰ ਕਹਾਣੀਆਂ ਦਿਖਾਇਆ ਕਰਾਂਗੇ ਕਿੱਦਾਂ ਕਿੱਦਾਂ ਜੋ ਅੱਜ ਕੱਲ੍ਹ ਦਾ ਹੁੰਦਾ ਆ ਅਤੇ ਉਹ ਵੀ ਅਸੀਂ ਬਣਾਉਣੀਆਂ ਸ਼ੁਰੂ ਕਰਨੀਆਂ ਉਹ ਕੰਮ ਵੀ ਸ਼ੁਰੂ ਕਰਨਾ ਵਾ ਬਸ ਥੋੜ੍ਹਾ ਜਿਹਾ ਫ੍ਰੀ ਹੋ ਜਾਈਏ ਅਤੇ ਚਲੋ ਠੀਕ ਆ ਫਿਰ ਸਾਰਿਆਂ ਨੂੰ ਬਾਏ ਬਾਏ ਪ੍ਰਭ ਦਾ ਦਿਖਾਉਣ ਵਾਲ ਪੂਰਾ ਹੈ ਧਿਆਨ ਆ ਉਹਨਾਂ ਨੂੰ ਤਾਂ ਮੇਰੇ ਕੋਈ ਹੈ ਨਹੀਂ ਆ ਹੈਲੋ ਬਾਏ ਬਾਏ ਕਰ ਦਿਓ ਚਲੋ ਠੀਕ ਆ ਸਾਰਿਆਂ ਨੂੰ ਬਾਏ ਬਾਏ ਜ਼ਰੂਰ ਟਰਾਈ ਕਰਿਓ ਅਤੇ ਇਹ ਤੁਹਾਨੂੰ ਪਤਾ ਆਵੇਂ ਆਪਾਂ ਇਹ ਕੋਈ ਮਹਿੰਗੀ ਡਿਸ਼ ਨਹੀਂ ਹੈਗੀ ਆਪਾਂ ਰਿਜ਼ੋਰਟ 'ਚ ਜਾ ਕੇ ਵੇਖਦੇ ਵੀ ਆਪਾਂ ਇੰਨਾ ਮਹਿੰਗਾ ਮਹਿੰਗਾ ਖਾਂਦੇ ਆਪਣੇ ਘਰ ਸਾਰਾ ਕੁਛ ਅਵੇਲੇਬਲ ਹੁੰਦਾ ਜੋ ਜੋ ਮੈਂ ਪਾਇਆ ਵਾ ਅਤੇ ਜ਼ਰੂਰ ਟਰਾਈ ਕਰਿਓ ਠੀਕ ਆ ਮਸ਼ਰੂਮ ਕੋਈ ਜ਼ਰੂਰੀ ਨਹੀਂ ਹੈਗੇ ਜੇ ਪਾਉਣੇ ਪਾਓ ਨਹੀਂ ਪਾਉਣੇ ਨਾ ਪਾਓ ਸ਼ਰਮਾ ਮਿਰਚ ਤੁਹਾਨੂੰ ਪਤਾ ਨੋਰਮਲ ਹੀ ਆ ਕੌਨਸ ਵੀ ਨੋਰਮਲ ਹੀ ਆ ਜੇ ਪਾਉਣੇ ਨਾ ਪਾਓ ਪਰ ਬਣਾਓ ਜ਼ਰੂਰ ਇੱਦਾਂ ਬੜਾ ਸਵਾਦ ਬਣਦਾ ਹਾਂਜੀ ਬਾਕੀ ਸਬਜ਼ੀਆਂ ਤੁਹਾਡੀ ਚੋਇਸ ਆ ਤੁਸੀਂ ਜਿੱਦਾਂ ਦੀ ਮਰਜ਼ੀ ਗਾਜਰਾਂ ਵੀ ਪਾ ਸਕਦੇ ਹੋ ਮਤਲਬ ਤੁਹਾਡੀ ਚੋਇਸ ਆ ਜਿੰਨੀਆਂ ਤੁਸੀਂ ਪਾ ਲਓਗੇ ਵਧੀਆ ਚਲੋ ਆਪਣੇ ਹਿਸਾਬ ਨਾਲ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਤੇ ਚਲੋ ਠੀਕ ਹੈ ਫਿਰ ਸਾਰਿਆਂ ਨੂੰ ਬਾਏ ਬਾਏ।